ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਇਹ ਜਿਹੜਾ ਤੁਸੀਂ ਬੀਜ ਦੇਖ ਰਹੇ ਹੋ, ਇਹ ਹੈ ਵੰਡਰ ਗੋਲਡ ਮੂੰਗੀ ਦਾ ਬੀਜ, ਮਧੂਸੂਦਨ ਸੀਡ ਫਾਰਮ ਦਾ। ਪਿਛਲੇ ਸਾਲ ਇੰਡੀਆ ਵਿੱਚ ਸਭ ਤੋਂ ਵੱਧ ਝਾੜ ਦੇਣ ਵਾਲੀ ਵਰਾਇਟੀ ਵੰਡਰ ਗੋਲਡ ਬੀਜ ਰਹੀ ਹੈ ਮਧੂਸੂਦਨ ਸੀਡ ਫਾਰਮ ਦੀ। ਕਿਸਾਨ ਭਰਾਓ, ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਅੱਜ ਮੂੰਗੀ ਦੀ ਫਸਲ 'ਤੇ ਗੱਲਬਾਤ ਕਰਾਂਗੇ, ਕਿਉਂਕਿ ਸਾਰੀਆਂ ਫਸਲਾਂ ਦੇ ਵਿੱਚੋਂ ਘੱਟ ਸਮੇਂ ਦੀ ਫਸਲ ਆ ਜਿਹੜੀ ਘੱਟ ਖਰਚ ਲੈਂਦੀ ਹੈਗੀ ਹੈ, ਖੇਤ ਨੂੰ ਵੀ ਉਪਜਾਊ ਬਣਾਉਂਦੀ ਹੈਗੀ ਆ, ਉਸ ਫਸਲ ਦਾ ਨਾਂ ਮੂੰਗੀ ਹੈ, ਮੂੰਗ ਬੀਨ ਕਹਿ ਦਿੰਦੇ ਹੈਗੇ ਆ। ਇਸ ਦੇ ਵਿੱਚ ਕਾਫੀ ਜ਼ਿਆਦਾ ਇਸ ਵਾਰ ਏਰੀਆ ਲੱਗਣ ਜਾ ਰਿਹਾ ਹੈਗਾ। ਪੰਜਾਬ ਦੇ ਵਿੱਚ ਆਲੂਆਂ ਦੀ ਪਟਾਈ ਚੱਲ ਰਹੀ ਹੈਗੀ ਆ, ਅਤੇ ਆਲੂਆਂ ਦੀ ਪਟਾਈ ਤੋਂ ਬਾਅਦ ਮੱਕੀ ਅਤੇ ਮੂੰਗੀ ਦੋਨੋਂ ਹੀ ਫਸਲਾਂ ਲੱਗਦੀਆਂ ਹੈਗੀਆਂ, ਅਤੇ ਮੂੰਗੀ ਦੀ ਫਸਲ ਖੇਤ ਨੂੰ ਬਣਾ ਕੇ ਜਾਂਦੀ ਹੈ, ਖੇਤ ਵਿੱਚ ਪੈਦਾਵਾਰ ਵੀ ਦੇ ਕੇ ਜਾਂਦੀ ਹੈਗੀ ਹੈ, ਅਤੇ ਇਹਦੀ ਵਰਾਇਟੀ ਦੇ ਨਾਲ ਵੀ ਝਾੜ ਕਾਫੀ ਜ਼ਿਆਦਾ ਜੁੜਿਆ ਹੁੰਦਾ ਹੈਗਾ। ਵੱਖੋ ਵੱਖਰੀਆਂ ਵਰਾਇਟੀਆਂ ਵੱਖੋ ਵੱਖਰੇ ਏਰੀਏ ਵਿੱਚ ਲੱਗਦੀਆਂ ਹੈਗੀਆਂ, ਪਰ ਇੱਕ ਤੁਸੀਂ ਪਹਿਲਾਂ ਕਾਫੀ ਜ਼ਿਆਦਾ ਸੁਣਿਆ ਹੋਣਾ ਨਾਮ ਕਣਕ ਆਉਂਦੀ ਸੀਗੀ ਰਿਸਰਚ ਸੀਡ 3232 ਦੇ ਨਾਮ 'ਤੇ, ਤਾਂ ਉਸੇ ਹੀ ਕੰਪਨੀ ਮਧੂਸੂਦਨ ਕੰਪਨੀ ਜਿਹੜੀ ਹੈਗੀ ਆ, ਉਹਦਾ ਬੀਜ ਆਇਆ ਹੈਗਾ ਮੂੰਗੀ ਦਾ। ਪਿਛਲੇ 2022-23 ਦੇ ਵਿੱਚ ਉਹ ਮਾਰਕੀਟ ਦੇ ਵਿੱਚ ਬੀਜ ਆਇਆ ਸੀਗਾ, ਉਹਦੀ ਕਾਫੀ ਜ਼ਿਆਦਾ ਚਰਚਾ ਰਹੀ ਉਹਦੇ, ਕਿਉਂਕਿ ਕਰੈਕਟਰ ਜਿਹੜੇ ਸੀਗੇ ਉਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ। ਜਿਹੜਾ ਉਹਦਾ ਸਮਾਂ ਹੈਗਾ ਬਿਜਾਈ ਕਰਨ ਦਾ ਉਹ ਐਂਡ ਫਰਵਰੀ ਅਤੇ ਪੂਰਾ ਹੀ ਮਾਰਚ, ਪੂਰਾ ਹੀ ਅਪ੍ਰੈਲ ਉਹਦੀ ਬਿਜਾਈ ਚੱਲਦੀ ਰਹਿੰਦੀ ਹੈ। ਇਹ ਦੋ ਵੱਖੋ ਵੱਖਰੇ ਜ਼ੋਨ ਨੇ, ਜਦੋਂ ਆਪਾਂ ਗਰਮ ਰੁੱਤ ਦੀ ਸਟਾਰਟਿੰਗ ਦੇ ਵਿੱਚ ਬਿਜਾਈ ਕਰਦੇ ਹੈਗੇ ਹਾਂ, ਜਾਂ ਫਿਰ ਆਪਾਂ ਕਣਕ ਦੇ ਵੱਢ ਤੋਂ ਬਿਜਾਈ ਕਰਦੇ ਹੈਗੇ ਹਾਂ। ਪਰ ਕਿਸਾਨ ਗਲਤੀ ਕਰ ਜਾਂਦੇ ਹੈਗੇ ਆ ਕਿ ਆਲੂਆਂ ਦੀ ਵਾਢੀ ਤੋਂ ਬਾਅਦ ਜਾਂ ਆਪਾਂ ਸਬਜ਼ੀਆਂ ਦੇ ਖੇਤ ਖਾਲੀ ਹੋਣ ਤੋਂ ਬਾਅਦ ਜੇਕਰ ਇਹਦੀ ਬਿਜਾਈ ਆਪਾਂ ਮਾਰਚ ਦੇ ਵਿੱਚ ਕਰ ਰਹੇ ਹਾਂ, ਤਾਂ ਆਪਾਂ ਨੂੰ 18-20 ਕਿਲੋ ਬੀਜ ਵਰਤਣ ਦੀ ਜ਼ਰੂਰਤ ਹੁੰਦੀ ਹੈ। ਤਾਂ ਮਧੂਸੂਦਨ ਕੰਪਨੀ ਦਾ ਜਿਹੜਾ ਮੂੰਗੀ ਦਾ ਬੀਜ ਆਉਂਦਾ ਹੈਗਾ ਵੰਡਰ ਗੋਲਡ ਦੇ ਨਾਮ 'ਤੇ, ਉਹ ਲਗਭਗ 65-75 ਦਿਨ ਦੇ ਵਿੱਚ ਖੇਤ ਖਾਲੀ ਕਰ ਦਿੰਦਾ ਹੈਗਾ। ਜਿਹੜੀ ਸਹੀ ਸਮੇਂ 'ਤੇ ਮੂੰਗ ਲੱਗਦੀ ਹੈਗੀ ਆ, ਗੋਲਡਨ ਵਿੰਡੋ ਦੇ ਵਿੱਚ ਮੂੰਗ ਲੱਗਦੀ ਹੈ, ਤਾਂ ਉਹ ਲਗਭਗ 65 ਦਿਨ ਦੇ ਵਿੱਚ ਖੇਤ ਖਾਲੀ ਕਰ ਦਿੰਦੀ ਹੈਗੀ। ਜਿਹੜੀ ਕਣਕ ਤੋਂ ਬਾਅਦ ਮੂੰਗ ਲੱਗਦੀ ਹੈਗੀ ਆ, ਉਹਦੇ ਵਿੱਚ ਬੀਜ ਦੀ ਮਾਤਰਾ 10-12 ਕਿਲੋ ਵਰਤੀ ਜਾਂਦੀ ਹੈਗੀ ਆ। ਇਹਦੀ ਬਾਇਓਮਾਸ ਕਾਫੀ ਵਧੀਆ ਹੁੰਦੀ ਹੈਗੀ ਆ। ਬਾਇਓਮਾਸ ਦੇ ਵਿੱਚ ਇਹਦੀ ਕੱਦ ਦੀ ਗੱਲ ਕਰੀਏ ਤਾਂ ਕੱਦ ਲਗਭਗ 1.5-3 ਫੁੱਟ ਤੱਕ ਚਲਾ ਜਾਂਦਾ ਹੈਗਾ। ਫਲਾਵਰਿੰਗ ਫਲੱਸ਼ ਦੀ ਗੱਲ ਕਰੀਏ ਤਾਂ ਬਿਜਾਈ ਤੋਂ 35-38 ਦਿਨ ਤੋਂ ਇਹਨੂੰ ਪਹਿਲਾਂ ਫਲਾਵਰ ਫਲੱਸ਼ ਆਉਣਾ ਸ਼ੁਰੂ ਹੋ ਜਾਂਦਾ ਹੈਗਾ, ਜਿਹੜਾ ਕਿ ਬੰਚ ਦੇ ਵਿੱਚ ਹੁੰਦਾ ਹੈਗਾ, ਗੁੱਛਿਆਂ ਦੇ ਰੂਪ ਵਿੱਚ ਹੁੰਦਾ ਹੈਗਾ, ਅਤੇ ਲਗਾਤਾਰ 3 ਫਲੱਸ਼ ਆਉਂਦੇ ਹਨ, F1, F2, F3 3 ਫਲਾਵਰ ਫਲੱਸ਼ ਆਉਂਦੇ ਹੈਗੇ ਆ, ਅਤੇ ਲਗਭਗ 60 ਦਿਨ 'ਤੇ ਪਹਿਲੇ ਫਲੱਸ਼ ਦਾ ਪੂਰਾ ਮੁਕੰਮਲ ਪਕਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਇਹਦੀਆਂ ਫਲੀਆਂ ਦੇ ਵਿੱਚ ਦਾਣਿਆਂ ਦੀ ਜਿਹੜੀ ਸੰਖਿਆ ਹੈਗੀ ਆ ਉਹ 9 ਤੋਂ ਲੈ ਕੇ 15 ਤੱਕ ਨੋਟ ਕੀਤੀ ਗਈ ਹੈ, ਅਤੇ ਜਿਹੜੇ ਇਹਦੇ ਵਿੱਚ ਝਾੜ ਦੀ ਗੱਲ ਕਰੀਏ ਤਾਂ 5 ਕੁਇੰਟਲ ਤੋਂ ਲੈ ਕੇ 12 ਕੁਇੰਟਲ ਤੱਕ ਇਸ ਵਰਾਇਟੀ ਦਾ ਝਾੜ ਨੌਰਥ ਇੰਡੀਆ ਦੀਆਂ ਕਾਫੀ ਸਟੇਟਾਂ ਦੇ ਵਿੱਚ ਨੋਟ ਕੀਤਾ ਗਿਆ ਹੈਗਾ। ਜਿੱਥੇ ਵੀ ਮੂੰਗੀ ਦਾ ਏਰੀਆ ਪੈਂਦਾ ਹੈਗਾ ਤਾਂ ਉੱਥੇ ਇਹ ਵਰਾਇਟੀ ਪਿਛਲੇ 2 ਸਾਲਾਂ ਤੋਂ ਬਹੁਤ ਕਾਰਗਰ ਤਰੀਕੇ ਦੇ ਨਾਲ ਸਫਲ ਰਹੀ ਹੈਗੀ ਆ। ਇਸ ਵਾਰ ਵੀ ਮੂੰਗੀ ਦਾ ਏਰੀਆ ਕਾਫੀ ਜ਼ਿਆਦਾ ਵਧਣ ਜਾ ਚੁੱਕਿਆ ਹੈਗਾ, ਅਤੇ ਆਪਾਂ ਨੂੰ ਜਿਹੜੀ ਲੋੜ ਹੈਗੀ ਹੈ ਕਿ ਆਪਾਂ ਸ਼ੁੱਧ ਅਤੇ ਵਧੀਆ ਵਰਾਇਟੀ ਆਪਾਂ ਨੂੰ ਪ੍ਰੋਵਾਈਡ ਹੋਵੇ, ਤਾਂ ਕੰਪਨੀ ਇਹ ਤੁਹਾਨੂੰ ਬੀਜ ਦੇ ਰਹੀ ਹੈਗੀ, ਜਿਸ ਦੇ ਵਿੱਚ ਉਹਨਾਂ ਨੇ ਪ੍ਰੀ ਟ੍ਰੀਟਮੈਂਟ ਜਿਹੜਾ ਬੀਜ ਨੂੰ ਇਨਸੈਕਟੀਸਾਈਡ, ਫੰਗੀਸਾਈਡ ਅਤੇ PGR ਵੀ ਲਗਾ ਕੇ ਹੀ ਮਾਰਕੀਟ ਵਿੱਚ 2 ਕਿਲੋ ਦੀ ਪੈਕਿੰਗ ਇਹਨਾਂ ਨੇ ਉਤਾਰੀ ਹੈਗੀ ਆ। ਤੁਸੀਂ ਇਹਨਾਂ ਨੂੰ ਟ੍ਰਾਇਲ ਦੇ ਤੌਰ 'ਤੇ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਹੋ। ਜੇਕਰ ਤੁਸੀਂ ਪਹਿਲਾਂ ਇਹ ਮੂੰਗੀ ਨੂੰ ਲਗਾਇਆ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਅਤੇ ਇਹਦੇ ਵੱਧੋ ਵੱਧ ਝਾੜ ਦੇ ਡਾਟੇ ਜਿਹੜੇ ਤੁਹਾਡੇ ਏਰੀਏ ਵਿੱਚ ਲਾਸਟ ਟਾਈਮ ਆਏ ਸੀ ਉਹ ਵੀ ਜ਼ਰੂਰ ਦੱਸਿਓ। ਅਤੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਰਹਿੰਦੀ ਹੈਗੀ ਹੈ ਕਿ ਮੂੰਗੀ ਨੂੰ ਪੀਲਾ ਰੁਤੂਆ ਰੋਗ ਆਉਂਦਾ ਹੈਗਾ, ਤਾਂ ਉਹ
ਰੋਗ ਇਸ ਵਰਾਇਟੀ ਦੇ ਵਿੱਚ ਨਹੀਂ ਆਉਂਦਾ। ਇਹ ਵਰਾਇਟੀ ਉਸ ਰੋਗ ਦੇ ਪ੍ਰਤੀ ਰਜਿਸਟੈਂਟ ਹੈ, ਇਹਦੇ ਵਿੱਚ ਉਹ ਰੋਗ ਦੀ ਆਮਦ ਬਹੁਤ ਹੀ ਘੱਟ ਦੇਖੀ ਜਾਂਦੀ ਹੈਗੀ ਹੈ। ਬੀਜ ਤੁਹਾਨੂੰ ਮਾਰਕੀਟ ਦੇ ਵਿੱਚੋਂ ਹੀ ਮਿਲੂਗਾ। ਦਿੱਤੇ ਹੋਏ ਕੰਟੈਕਟ ਨੰਬਰ 'ਤੇ ਤੁਸੀਂ ਹੋਰ ਵੀ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ। ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ 'ਤੇ ਬਣੇ ਰਹੋ ਹੋਰ ਵੀਡੀਓ ਦੇ ਰਾਹੀਂ, ਕਿਉਂਕਿ ਇਸ ਸੀਜ਼ਨ ਦੇ ਵਿੱਚ ਤੁਹਾਨੂੰ ਇਹ ਲੱਗੇ ਹੋਏ ਖੇਤ ਵੀ ਇਸ ਕਿਸਮ ਦੇ ਆਪਾਂ ਦਿਖਾਵਾਂਗੇ। ਹੁਣ ਲੱਗਿਆ ਹੋਇਆ ਖੇਤ ਕਿਸੇ ਵੀ ਪੂਰੇ ਨੌਰਥ ਇੰਡੀਆ ਦੇ ਵਿੱਚ ਅਵੇਲੇਬਲ ਨਹੀਂ ਹੈਗਾ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ 'ਚ ਇੰਨਾ ਹੀ। ਬਹੁਤ ਧੰਨਵਾਦ। ਥੈਂਕ ਯੂ।